ਵਿਸਾਖੀ ਦਾ ਦਿਹਾੜਾ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਗੁਰੂ ਘਰਾਂ ਵਿੱਚ ਬੜੀ ਹੀ ਸ਼ਰਧਾ ਭਾਵਨਾ ਅਤੇ ਧੂਮਧਾਮ ਨਾਲ ਮਨਾਇਆ ਗਿਆ, ਉੱਥੇ ਹੀ ਟੋਰਾਂਟੋ ਦੇ ਪੰਜਾਬੀ ਵਸੂ ਵਾਲੇ ਸ਼ਹਿਰ ਮਿਸੀਸਾਗਾ ਵਿੱਚ ਜਸ਼ਨ ਏ ਵਿਸਾਖੀ ਮੇਲੇ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਪੰਜਾਬੀ ਦੇ ਨਾਮਵਰ ਕਲਾਕਾਰਾਂ ਨੇ ਖੂਬ ਰੰਗ ਭਰਿਆ। ਦੱਸ ਦਈਏ ਕਿ ਜਸ਼ਨ ਏ ਵਿਸਾਖੀ ਮੇਲੇ ਦਾ ਆਯੋਜਨ VLG ਲਾਈਵਸ ਵੱਲੋਂ ਕੀਤਾ ਗਿਆ। ਮਿਸੀਸਾਗਾ ਦੇ ਵਿਰਦੀ ਬੈਂਕਟ ਹਾਲ ਵਿੱਚ ਹੋਏ ਵਿਸਾਖੀ ਮੇਲੇ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਜਸ਼ਨ ਏ ਵਿਸਾਖੀ ਮੇਲੇ ਵਿੱਚ ਪੰਜਾਬੀ ਦੇ ਨਾਮਵਰ ਕਲਾਕਾਰ ਮਹਿਤਾਬ ਵਿਰਕ, ਗਗਨ ਕੋਖਰੀ, ਜਾਰਡਨ ਸੰਧੂ, ਨਿਸ਼ਾ ਬਾਨੋ ਆਦਿ ਨੇ ਖੂਬ ਰੰਗ ਭਰਿਆ, ਜਿਨ੍ਹਾਂ ਨੇ ਲੋਕਾਂ ਨੂੰ ਆਪਣੀ ਗਾਇਕੀ ਅਤੇ ਪੇਸ਼ਕਾਰੀ ਰਾਹੀਂ ਖੂਬ ਮਨੋਰੰਜਨ ਕੀਤਾ। ਇਸ ਮੌਕੇ ਸਟੇਜ ਤੇ ਭੂਮਿਕਾ ਰੂਪ ਕੌਰ ਅਤੇ ਜਸਕਿਰਨ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਵਿਸਾਖੀ ਦਾ ਮੇਲਾ ਹੈ ਜੀ, ਇਹ ਸਾਡੇ ਲਈ ਸਭ ਤੋਂ ਪਵਿੱਤਰ ਦਿਹਾੜਾ ਹੈ, ਜਿਹਦੇ ਕਰਕੇ ਸਾਡੀ ਐਗਜ਼ਿਸਟੈਂਸ ਹੋਈ ਆ। ਉਸ ਐਗਜ਼ਿਸਟੈਂਸ ਨੂੰ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ ਅਤੇ ਉਸ ਸੈਲੀਬ੍ਰੇਸ਼ਨ ਲਈ ਅਸੀਂ ਹਰ ਇੱਕ ਬੰਦੇ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ, ਜਿਹਨੇ ਉਹਨੇ ਪਾਰਟੀਸਪੇਟ ਕੀਤਾ, ਜਿਹਨੇ ਉਹਨੂੰ ਸਪੋਂਸਰ ਕੀਤਾ, ਐਂਡ ਵੀ ਆਰ ਵੈਰੀ ਵੈਰੀ ਥੈਂਕਫੁਲ ਟੂ ਦੈਮ। ਅੱਜ ਬੜਾ ਹੀ ਖੁਸ਼ੀ ਭਰਿਆ ਦਿਨ ਆ, 13 ਅਪ੍ਰੈਲ ਦਾ ਦਿਨ ਆ, ਵਿਸਾਖੀ ਵਾਲਾ ਦਿਨ ਆ, ਔਰ ਸੇਮ ਦਿਨ 'ਤੇ ਅਸੀਂ ਇਹ ਇੱਥੇ ਵਿਸਾਖੀ ਮਨਾਉਣ ਇਕੱਠੇ ਹੋਏ ਹਾਂ। ਸੋ ਇੰਡੀਆ ਤੋਂ ਸਾਡੇ ਜਿਹੜੇ ਕਲਾਕਾਰ ਪਹੁੰਚੇ ਹੋਏ ਆ ਇੱਥੇ ਆਪਣਾ ਜਿਹੜਾ ਫਨ ਦਾ ਮੁਜ਼ਾਰਾ ਕਰਨ, ਸੋ ਉੱਥੇ ਜਿੱਥੇ ਕਿ VLG ਲਾਅ ਗਰੁੱਪ ਨੇ ਇਹ ਉੱਦਮ ਚੱਕਿਆ, ਨਾਲ ਮੈਨਕਾਇੰਡ ਇੰਸ਼ੋਰੈਂਸ ਦੀ ਜਿਹੜੀ ਇਨੋਗਰੇਸ਼ਨ ਆ ਉਹ ਅੱਜ ਅਫੀਸ਼ੀਅਲ ਤੌਰ 'ਤੇ ਪਬਲਿਕਲੀ ਅੱਜ ਇੱਥੋਂ ਇਸ ਪਲੇਟਫਾਰਮ ਤੋਂ ਕੀਤੀ ਗਈ ਆ, ਜਿੱਥੇ ਕਿ ਜਿਹੜੇ ਯੰਗਸਟਰਸ ਹੈਗੇ ਆ ਉਹਨਾਂ ਨੂੰ ਕੋਈ ਅੱਛੀਆਂ ਕਰੀਅਰ ਓਪਰਚੁਨਿਟੀਜ਼ ਜਿਹੜੀਆਂ ਆ ਉਹ ਮਿਲਣਗੀਆਂ। ਕੈਨੇਡਾ ਵਾਸੀ ਅਤੇ ਚੜ੍ਹਦੀ ਕਲਾ ਟਾਈਮ ਨਿਊਜ਼ TV ਜਾਂ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਰੀ ਵਿਸਾਖੀ ਟੂਰ ਕੈਨੇਡਾ ਦਾ ਪੂਰਾ ਘੈਂਟ ਗਿਆ ਜੀ, ਐਂਡ ਕਈ ਸਿਟੀਜ਼ ਇਹੋ ਜਿਹੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਮੈਂ ਪਹਿਲੀ ਵਾਰੀ ਗਿਆ, ਲਾਈਕ ਐਡਮਿੰਟਨ ਅਤੇ ਵਿਕਟੋਰੀਆ, ਅਤੇ ਥੈਂਕ ਯੂ ਵੈਰੀ ਮੱਚ ਇੰਨਾ ਪਿਆਰ ਦੇਣ ਲਈ। ਦੁਬਾਰਾ ਫਿਰ ਜਲਦੀ ਆਪਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਆਵਾਂਗੇ। ਬਿਲਕੁਲ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਤੇ ਚੜ੍ਹਦੀ ਕਲਾ ਟਾਈਮ TV ਵੱਲੋਂ ਵਿਸਾਖੀ ਦੀਆਂ ਬਹੁਤ ਸਾਰੀਆਂ ਮੁਬਾਰਕਾਂ, ਪਰਮਾਤਮਾ ਸਭ ਨੂੰ ਖੁਸ਼ ਰੱਖੇ ਅਤੇ ਖੁਸ਼ੀਆਂ ਲੈ ਕੇ ਆਓ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਤੁਹਾਡਾ ਆਪਣਾ ਜਾਰਡਨ ਸੰਧੂ ਅਤੇ ਤੁਸੀਂ ਦੇਖ ਰਹੇ ਹੋ ਜੀ ਚੜ੍ਹਦੀ ਕਲਾ TV। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਸਾਰੀਆਂ ਵਧਾਈਆਂ, ਅਤੇ ਸਾਡਾ ਅੱਜ 6ਵਾਂ ਸ਼ੋਅ ਆ ਜੀ ਕੈਨੇਡਾ ਟੂਰ ਦਾ। ਸੋ ਵਿਰਦੀ ਕਨਵੈਨਸ਼ਨ ਸੈਂਟਰ ਦੇ ਵਿੱਚ ਪਹੁੰਚੇ ਹੋਏ ਹਾਂ ਜੀ, ਸੋ ਵੇਟਿੰਗ ਫੋਰ ਆਰ ਟਰਨ। ਸਾਰਿਆਂ ਦਾ ਧੰਨਵਾਦ, ਸਾਡਾ ਸ਼ੋਅ ਜੀ ਹਾਊਸਫੁੱਲ ਹੈ। ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਜੀ, ਸਭ ਤੋਂ ਪਹਿਲਾਂ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਜੀ ਵਿਸਾਖੀ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਅਸੀਂ ਖੁਸ਼ਕਿਸਮਤ ਆ ਕਿ ਅਸੀਂ ਕੈਨੇਡਾ ਦੇ ਵਿੱਚ ਵਿਸਾਖੀ ਮਨਾ ਰਹੇ ਹਾਂ। ਸਾਡੇ ਟੋਟਲ 6 ਸ਼ੋਅ ਸੀਗੇ ਜੀ, ਅਤੇ ਇਹ ਵਾਲਾ ਸਾਡਾ ਲਾਸਟ ਸ਼ੋਅ ਹੈ। ਇਸ ਤੋਂ ਪਹਿਲਾਂ ਜਿੰਨੇ ਵੀ ਸ਼ੋਅ ਸਾਡੇ ਹੋਏ ਬਹੁਤ ਵਧੀਆ ਰਹੇ, ਹੋਪ ਇਹ ਵਾਲਾ ਸ਼ੋਅ ਵੀ ਸਾਡਾ ਵਧੀਆ ਜਾਵੇ।